ਜੀ ਦੀ ਮਿਹਰਬਾਨੀ ਦਇਆ ਦ੍ਰਿਸ਼ਟੀ ਹੋਵੇ ਤਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਹੇ ਵਾਹਿਗੁਰੂ ਹੇ ਪ੍ਰਭੂ ਹੇ ਪਰਮਾਤਮਾ ਜੇ ਤੁਹਾਡੀ ਕਿਰਪਾ ਹੋਵੇ ਤਾਂ ਮੈਂ ਤੁਹਾਡਾ ਨਾਮ ਧਿਆਉਂਦਾ ਹਾਂ ਤੁਹਾਨੂੰ ਯਾਦ ਕਰਦਾ ਹਾਂ ਤੁਹਾਨੂੰ ਸਿਮਰਦਾ ਹਾਂ। ਇਹ ਦੋ ਤੁਕਾਂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ੀਆਂ ਨੇ। ਆਓ ਕਿਰਪਾ ਕੀ ਹੈ ਇਸ ਦੇ ਬਾਬਤ ਜੋ ਵਿਦਵਾਨ ਸੱਜਣਾਂ ਦਾ ਖਿਆਲ ਹੈ। ਗੁਰਮੁਖੋ, ਗੁਰਮਤ ਨੂੰ ਜਦੋਂ ਆਪਾਂ ਪੜ੍ਹੀਏ, ਭਾਵ ਸਿੱਖ ਧਰਮ ਦੀ ਫਿਲੋਸਫੀ ਜਦੋਂ ਪੜ੍ਹੀਏ ਤਾਂ ਉਸ ਦੇ ਵਿੱਚੋਂ ਸਤਿਗੁਰੂ ਜੀ ਨੇ ਜਿੱਥੇ ਸੇਵਾ ਨੂੰ ਬੜਾ ਮਹਾਨ ਦੱਸਿਆ, ਪਰਮਾਤਮਾ ਦੇ ਸਿਮਰਨ ਨੂੰ ਬੜਾ ਮਹਾਨ ਦੱਸਿਆ, ਸਤ ਸੰਗਤ ਵਿੱਚ ਬੈਠ ਕੇ ਗੁਣ ਗਾਉਣ ਨੂੰ ਬੜਾ ਮਹਾਨ ਦੱਸਿਆ, ਨਿਮਰਤਾ ਧਾਰਨ ਕਰਨੀ ਸਿੱਖ ਦੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਦੱਸਿਆ, ਜਿੱਥੇ ਸਬਰ, ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨ ਨੂੰ ਆਖਿਆ ਹੈ। ਉੱਥੇ ਸਤਿਗੁਰੂ ਨੇ ਇਹਨਾਂ ਸਾਰੀਆਂ ਬਖਸ਼ਿਸ਼ਾਂ ਦੇ ਉੱਪਰ ਇੱਕ ਹੋਰ ਬਖਸ਼ਿਸ਼ ਰੱਖੀ ਹੈ, ਉਹਦਾ ਜ਼ਿਕਰ ਕੀਤਾ ਹੈ, ਉਹ ਹੈ ਸਾਧ ਸੰਗਤ ਜੀ ਪਰਮਾਤਮਾ ਦੀ ਕਿਰਪਾ, ਉਹ ਹੈ ਗੁਰੂ ਦੀ ਕਿਰਪਾ, ਪਰਮਾਤਮਾ ਦੀ ਕਿਰਪਾ, ਸੰਗਤ ਦੀ ਕਿਰਪਾ, ਸਾਧ ਸੰਗਤ ਦੀ ਕਿਰਪਾ। ਸਾਹਿਬ ਜੀ ਨੇ ਆਪਣੀ ਬਾਵਨ ਬਾਣੀ ਵਿੱਚ ਦੋ ਤਰ੍ਹਾਂ ਦੇ ਸ਼ਬਦ ਵਰਤੇ ਨੇ ਜੀ। ਇੱਕ ਤਾਂ ਹੈ ਜੋ ਕਿਰਪਾ ਸਿੱਧਾ ਹੀ ਕੱਕੇ ਸਿਆਰੀ ਰਾਰਾ ਅਤੇ ਪੱਪੇ ਕੰਨਾ ਕਿਰਪਾ, ਦੂਸਰਾ ਸ਼ਬਦ ਵਰਤਿਆ ਮਿਹਰਬਾਨੀ ਜਿਵੇਂ ਸਾਹਿਬ ਮੇਰਾ ਮਿਹਰਬਾਨ, ਤੀਸਰਾ ਸ਼ਬਦ ਵਰਤਿਆ ਸਤਿਗੁਰੂ ਪਿਤਾ ਜੀ ਨੇ ਨਦਰ, ਨੰਨਾ ਦੱਦਾ ਰਾਰੇ ਨੂੰ ਸਿਹਾਰੀ ਨਦਰ, ਅਤੇ ਚੌਥਾ ਸ਼ਬਦ ਵਰਤਿਆ ਹੈ ਦਿਆਲਤਾ, ਪੰਜਵਾਂ ਸ਼ਬਦ ਵਰਤਿਆ ਕਿਰਪਾਲਤਾ ਜਾਂ ਕਿਰਪਾਲੂ। ਇਹ ਸ਼ਬਦ ਦਿਆਲੂ, ਦਿਆਲਤਾ, ਕਿਰਪਾਲੂ, ਕਿਰਪਾਲਤਾ ਇਹ ਸ਼ਬਦ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਪ੍ਰਾਪਤ ਹੁੰਦੇ ਨੇ। ਇਹ ਸਾਰੇ ਕਿਰਪਾ ਦੇ ਵਾਚਕ ਹਨ, ਮਿਹਰਬਾਨੀ ਦੇ ਵਾਚਕ ਹਨ। ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ਾਂ ਦੇ ਵਿੱਚੋਂ ਕਿਰਪਾ ਦਾ ਅਰਥ ਪੜ੍ਹਦੇ ਹਾਂ ਤਾਂ ਕਿਰਪਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੀ, ਜਿਹਦੇ ਅਰਥ ਦਿਆਲਤਾ, ਮਿਹਰਬਾਨੀ, ਕਿਰਪਾਲਤਾ, ਦੂਸਰੇ 'ਤੇ ਪਰ ਉਪਕਾਰ, ਦੂਸਰੇ ਦੀ ਬੇਨਤੀ ਸੁਣ ਕੇ ਉਹਦੇ 'ਤੇ ਤਰਸ ਆ ਜਾਣਾ ਅਤੇ ਪਰ ਉਪਕਾਰ ਕਰ ਦੇਣਾ, ਇਹ ਕਿਰਪਾ ਦੇ ਅਰਥ ਨੇ ਜੋ ਕਿ ਕੋਸ਼ਕਾਰਾਂ ਨੇ ਕੀਤੇ ਨੇ। ਇੱਕ ਸ਼ਬਦ ਹੈ ਨਦਰ। ਹੁਣ ਨਦਰ ਸ਼ਬਦ ਪੰਜਾਬੀ ਦਾ ਨਹੀਂ ਹੈ, ਨਦਰ ਸ਼ਬਦ ਹਿੰਦੀ ਅਤੇ ਸੰਸਕ੍ਰਿਤ ਦਾ ਵੀ ਨਹੀਂ ਹੈ, ਅਸਲ 'ਚ ਸ਼ਬਦ ਹੈ ਨਜ਼ਰ, ਨੰਨਾ, ਜ਼ੱਜ਼ਾ ਅਤੇ ਰਾਰਾ। ਇਹ ਸ਼ਬਦ ਹੈ ਅਰਬੀ ਭਾਸ਼ਾ ਦਾ। ਸਤਿਗੁਰੂ ਜੀ ਨੇ ਅਰਬੀ ਭਾਸ਼ਾ ਦੇ ਵਿੱਚੋਂ ਉਹ ਸ਼ਬਦ ਨੂੰ ਪੰਜਾਬੀ ਦੇ ਲਹਿਜੇ ਅਨੁਸਾਰ ਢਾਲ ਕੇ ਗੁਰਬਾਣੀ ਵਿੱਚ ਨਦਰ ਵਰਤਿਆ ਜੀ, ਨੰਨਾ ਦੱਦੇ ਨਾਲ। ਉਸ ਭਾਸ਼ਾ ਦੀ ਜਿਹੜੀ ਜ਼ੱਜ਼ਾ ਧੁਨੀ ਹੈ ਉਹ ਇੱਧਰ ਆ ਕੇ ਦੱਦੇ ਵਿੱਚ ਤਬਦੀਲ ਹੋਈ, ਸਾਡੇ ਮੂੰਹ 'ਤੇ ਸ਼ਬਦ ਨਦਰ ਚੜ੍ਹਿਆ ਹੈ। ਉਹ ਆਪਣੀ ਭਾਸ਼ਾ ਵਿੱਚ ਨਜ਼ਰ ਬੋਲਦੇ ਨੇ। ਨਜ਼ਰ ਸ਼ਬਦ ਦਾ ਅਰਥ ਹੁੰਦਾ ਨਿਗਾਹ, ਨਜ਼ਰ ਸ਼ਬਦ ਦਾ ਹੁੰਦਾ ਦ੍ਰਿਸ਼ਟੀ, ਆਪਣੀ ਨਿਗਾਹ। ਸਤਿਗੁਰੂ ਦੀ ਬਾਣੀ ਵਿੱਚ ਜਿੱਥੇ ਨਦਰ ਸ਼ਬਦ ਆਇਆ ਹੈ ਉਹ ਕਈਆਂ ਥਾਵਾਂ 'ਤੇ ਤਾਂ ਸਿੱਧਾ ਸਿੱਧਾ ਨਜ਼ਰ ਦੀ ਅਰਥ ਹੀ ਰੱਖਦਾ ਹੈ ਵੀ ਇਹ ਬੰਦੇ ਦੀ ਇੰਨੀ ਕੁ ਨਿਗਾਹ ਹੈ, ਇੰਨੀ ਕੁ ਉਹਦੀ ਨਜ਼ਰ ਹੈ। ਦੂਸਰੇ ਅਰਥਾਂ ਵਿੱਚ ਇਹ ਜਿਹੜਾ ਨਦਰ ਸ਼ਬਦ ਹੈ ਉਹ ਆਇਆ ਹੈ ਕਿਰਪਾ ਦਾ ਵਾਚਕ। ਉਦਾਹਰਨ ਵਜੋਂ ਜਿਵੇਂ ਅੱਜ ਦਾ ਆਹ ਦੇਖੋ ਪਾਵਨ ਹੁਕਮਨਾਮਾ ਸਾਹਿਬ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਅੱਜ ਸ਼ਾਇਦ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ
आप जी ने बार हुक्मनामा बोर्ड के उपर पढ़िया होएगा कि महाराज के बचन नदर करे ता सिमरिया जाए, आत्मा द्रवै रह लिव लाए, आत्मा परात्मा एको करै अंतर के दुबदा अंतर मरै। पाप जी जान लगे दर्शन करो शब्द विच सतगुरु ने नदर कृपा परमात्मा की मेहरबानी उस वाहिगुरु की महान दृष्टि का जिक्र किया है भी जिदे उपर मेरे निरंकार की नज़र हुंदी है, मेहरबानी दृष्टि हुंदी है, कृपा दृष्टि होण दे सदका ही परमात्मा दे नाम का सिमरन हो सकता है। चलो ये है शब्द दे नदर शब्द जां कृपा शब्द दे अर्थ। थोड़ा अगे चलिए, एक बार किसी महापुरख नूं नाम जपन वाले बंदगी वाले नूं किसी ने पुछया, जग्यासु पुछदा है कि हे नाम जपन वाले हो महापुरखो दसो सेवा वड्डी है कि सिमरन वड्डा है। ये आम साढ़े मन का प्रश्न हो सकता है। उस जग्यासु ने भी महापुरख अगे बेनती कर दिती, जी आप जी दे जीवन च सेवा भी है सिमरन भी है, तुसी रब दे घर तक पहुँचे हुए हो, मैनू कृपा करके दसो भी सेवा करनी चाहीदी है जां सिमरन करना चाहीदा, वड्डी चीज़ केड़ी है। वह महापुरख पहलां तां दो चार मिनट चुप बैठे रहे, फिर बोले जदों सेवक ने दूजी तीजी बार पुछया, कह लगे गुरमुखा ना सेवा वड्डी हो ना सिमरन वड्डा है, असल विच प्रभु की कृपा वड्डी है। उहदी कृपा तो बिना ना जीवन च सेवा आउंदी है ना सिमरन आउंदा है। साध संगत जी देखो, असी अपने मन की चतुराई नाल सियानफ नाल सेवा कर सकते हैं, अपने मन की चतुराई नाल दान कर सकते हैं, अपने मन की सियानफ नाल चंगी गल ज्ञान की कर सकते हैं। पर याद रखिए, सतगुरु की बाणी ने कहा है कि जिन्ना चिर वाहिगुरु की मेहरबानी वाहिगुरु की सच्ची सुची नदर साढ़े ते नहीं हुंदी, उन्ना चिर साढ़े तो कख भी नहीं हो सकता, असी कख भन के दूरा भी मेहरबानी तो बिना नहीं कर सकते। हाँ, परमात्मा दे दिते पदार्थां विच्चों मनुख दान करदा है, पुन करदा है, नाम अपना वरतदा है, असल विच ये भुल चुका है कि यह सारियां दातां उस करते अकाल पुरख दियां ही हन। भावें असी बोल के ये भी परमात्मा की कृपा है, जो सानू प्रसाद मिलता है ये भी परमात्मा की कृपा है, जो सानू ये शरीर मिलिया है परमात्मा की कृपा है, जो अपना परिवार मिलिया है परमात्मा की कृपा है। एक विद्वान नूं पढ़दिआं उन्हां ने लिखिआ, कहिंदा कि कृपा असल विच दो तरह की हुंदी है जी, दो तरह की। एक कृपा हुंदी सधारण, जिन्हों आपां पंजाबी च कहांगे आम कृपा, एक हुंदी विशिष्ट विशेष जां खास कृपा। वह विद्वान ने अपना भागां च वंडिआ कृपा नूं, कहिंदा एक आम कृपा एक खास कृपा। आम कृपा तो यह है भी सानू बड़े जूना दे चक्कर तो बाद मनुखा जन्म मिलिया, ये है आम कृपा। वैसे आम तो नहीं है तो यह भी बहुत खास, पर उन्होंने जेड़ी भाग वंडे उहदी व्याख्या बड़ी सुंदर की, कहिंदे यह जेड़ी कृपा है ये है भी बहुत समय बाद मनुखा जन्म प्राप्त होया जी, ठीक है। फिर कहिंदे इस शरीर नूं प्राप्त करके मनुख नूं अपना परिवार मिलिया, ये भी ठीक, उन्हें श्वास मिलते ने, प्रसाद मिलता है शकन वास्ते, आराम करन नूं बिस्तर मिलता है, हथीं किरत करता है, कीते दे विचों दान पुन करता है, श्वास बताउंदा है। ये कृपा बनस्पति ते भी है, ये कृपा पशु पंछियां ते भी है, ये कृपा मनुख जाति ते भी है,
ਇਹ ਕਿਰਪਾ ਪਰਮਾਤਮਾ ਦੇ ਸੰਸਾਰ ਸਾਰੇ ਉੱਪਰ ਹੈ। ਇਹ ਹੈ ਜੀ ਆਮ ਕਿਰਪਾ ਜੋ ਸਾਰਿਆਂ ਉੱਪਰ ਹੈ। ਹੁਣ ਕਹਿੰਦੇ ਇੱਕ ਹੈ ਖਾਸ ਕਿਰਪਾ। ਖਾਸ ਕਿਰਪਾ ਹੈ ਕਿ ਮਨੁੱਖਾ ਜੀਵਨ 'ਤੇ ਸਭ ਨੂੰ ਮਿਲਿਆ ਹੈ, ਸਵਾਸ ਵੀ ਸਭ ਨੂੰ ਮਿਲੇ ਨੇ, ਪ੍ਰਸ਼ਾਦ ਵੀ ਸਭ ਨੂੰ ਮਿਲਿਆ ਹੈ, ਪਰ ਹਰ ਇੱਕ ਦੇ ਜੀਵਨ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਹੈ, ਹਰ ਇੱਕ ਦੇ ਜੀਵਨ ਵਿੱਚ ਵਾਹਿਗੁਰੂ ਦਾ ਸ਼ੁਕਰ ਨਹੀਂ ਹੈ, ਹਰ ਇੱਕ ਦੇ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਜਿਨ੍ਹਾਂ ਮਨੁੱਖਾਂ ਨੂੰ ਮਨੁੱਖਾ ਸਰੀਰ ਤਾਂ ਮਿਲਿਆ ਹੈ, ਸੰਸਾਰ ਦੇ ਸੁੱਖ ਆਰਾਮ ਦੇ ਸਭ ਪਦਾਰਥ ਵੀ ਹਨ, ਪਰ ਜੇ ਉਹਨਾਂ ਦੇ ਜੀਵਨ ਵਿੱਚ ਨਾਮ ਨਹੀਂ, ਬੰਦਗੀ ਨਹੀਂ, ਸਾਹਿਬ ਦਾ ਸ਼ੁਕਰ ਨਹੀਂ, ਤਾਂ ਸਮਝ ਲੈਣਾ ਚਾਹੀਦਾ ਹੈ ਉਹ ਅਜੇ ਪਰਮਾਤਮਾ ਦੀ ਖਾਸ ਕਿਰਪਾ ਤੋਂ ਵਾਂਝੇ ਹਨ। ਸਤਿਗੁਰੂ ਦੀ ਬਾਣੀ ਦੇ ਵਿੱਚ ਸਾਨੂੰ ਇਹ ਬਚਨ ਮਿਲਦੇ ਨੇ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਕਹਿਣ ਲੱਗੇ ਇੱਕੋ ਇੱਕ ਮਨੁੱਖਾ ਜੀਵਨ ਨਹੀਂ, ਇਹੋ ਜੇ ਸਰੀਰ ਤਾਂ ਅਸੀਂ ਬਹੁਤ ਭੋਗੇ ਹਨ, ਭਾਵ ਸਰੀਰਾਂ ਦੇ ਵਿੱਚ ਜਨਮ ਲੈ ਕੇ ਮੌਤ ਤਾਂ ਕੱਪੜਿਆਂ, ਐਸੇ ਘਰ ਹਮ ਰਾਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਉਸ ਸ਼ਬਦ ਦੇ ਅੱਗੇ ਲਿਖਦੇ ਨੇ ਕਦੇ ਹਾਥੀ ਕਦੇ ਕੀੜੇ ਕਦੇ ਮਕੌੜੇ ਕਦੇ ਕੁਛ, ਅਤੇ ਫਿਰ ਮਹਾਰਾਜ ਦੇ ਸ਼ਬਦ ਦੇ ਅੰਤ 'ਤੇ ਕਿਹਾ ਕਿਰਪਾ ਦਾ ਜ਼ਿਕਰ ਕੀਤਾ। ਕਹਿਣ ਲੱਗੇ ਹਾਰ ਕਹੋ ਨਾ ਕਹੋ ਕਬੀਰ ਅਬ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਇੱਕ ਤਾਂ ਤੁਸੀਂ ਇਹ ਕਿਰਪਾ ਕੀਤੀ ਵੀ ਮਨੁੱਖਾ ਜੀਵਨ ਦੇ ਦਿੱਤਾ ਹੈ, ਇੱਕ ਤਾਂ ਤੁਹਾਡੀ ਇਹ ਮਿਹਰਬਾਨੀ ਹੋਈ ਵੀ ਸਾਡੇ ਸਵਾਸ ਚੱਲਦੇ ਨੇ, ਸ਼ਕਨ ਵਾਸਤੇ ਪਦਾਰਥ ਪੀਣ ਲਈ ਪਾਣੀ ਦਿੱਤਾ ਹੈ, ਹੁਣ ਇੱਕ ਹੋਰ ਕਿਰਪਾ ਕਰੋ। ਜੇ ਮਨੁੱਖਾ ਜੀਵਨ ਦੇ ਕੇ ਪਰ ਉਪਕਾਰ ਕੀਤਾ ਤਾਂ ਹੁਣ ਇਹਦੀ ਸਫਲਤਾ ਲਈ ਬੰਦਗੀ ਵੀ ਦੇ ਦਿਓ, ਇਹਦੇ ਲਈ ਸਿਮਰਨ ਵੀ ਦੇ ਦਿਓ ਤਾਂ ਕਿ ਇਸ ਜੀਵਨ ਦੀ ਸਫਲਤਾ ਹੋ ਸਕੇ। ਉਹ ਮਹਾਂਪੁਰਖ ਕਹਿੰਦੇ ਪਿਆਰਿਆ, ਅਸਲ ਵਿੱਚ ਸੇਵਾ ਅਤੇ ਸਿਮਰਨ ਦੋਵੇਂ ਪ੍ਰਭੂ ਦੀਆਂ ਵੱਡੀਆਂ ਦਾਤਾਂ ਨੇ, ਪਰ ਇਹ ਮਿਲਦੀਆਂ ਨੇ ਪਰਮਾਤਮਾ ਦੀ ਮਿਹਰਬਾਨੀ ਨਾਲ, ਪਰਮਾਤਮਾ ਦੀ ਨਜ਼ਰ ਨਾਲ। ਦੇਖੋ ਇਹ ਵਿਸ਼ਾ ਵੈਸੇ ਹੈ ਬਹੁਤ ਵੱਡਾ, ਸਤਿਗੁਰੂ ਦੀ ਬਾਣੀ ਨੇ ਨਦਰ ਅਤੇ ਕਿਰਪਾ 'ਤੇ ਬੜੇ ਸ਼ਬਦ ਉਚਾਰਨ ਕੀਤੇ ਨੇ। ਇੱਕ ਤਾਂ ਆਪਾਂ ਰੋਜ਼ ਪੜ੍ਹਦੇ ਵੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ। ਜਪਜੀ ਸਾਹਿਬ ਜੀ ਦੀ ਬਾਣੀ ਜਿੱਥੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਹੁੰਦਾ ਹੈ, ਔਰ ਇਹ ਹਰ ਇੱਕ ਗੁਰਸਿੱਖ ਨੂੰ ਯਾਦ ਹੁੰਦੀ ਹੈ ਬਾਣੀ, ਕਿਉਂਕਿ ਆਪਣੇ ਨਿਤਨੇਮ ਵਿੱਚ ਸ਼ਾਮਿਲ ਹਰ ਇੱਕ ਗੁਰਸਿੱਖ ਜਪ ਪੜ੍ਹਦਾ ਹੈ। ਜਪਜੀ ਸਾਹਿਬ ਦੀਆਂ ਦੋ ਪੌੜੀਆਂ ਵਿੱਚ ਪ੍ਰਭੂ ਦੀ ਨਦਰ, ਪ੍ਰਭੂ ਦੀ ਕਿਰਪਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ। ਇੱਕ ਤਾਂ ਸੱਤਵੀਂ ਪੌੜੀ ਜਿਹਦਾ ਪਿਛਲੇ ਦਿਨੇ ਵੀ ਆਪਾਂ ਪਾਠ ਕੀਤਾ ਸੀ ਕਿ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ। ਇੱਥੇ ਹੈ ਨਦਰ, ਇੱਥੇ ਹੈ ਉਹਦੀ ਨਜ਼ਰ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ। ਜੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਐਸਾ ਜੀਵ ਨਹੀਂ ਹੈ ਜਿਹਦੇ ਕੋਲ ਸਭ ਕੁਝ ਹੈ ਔਰ ਬਹੁਤ ਕੁਛ ਆਪਣੇ ਪਾਸ, ਜੇ ਪਰਮਾਤਮਾ ਦੀ ਨਜ਼ਰ ਦ੍ਰਿਸ਼ਟੀ ਤੋਂ ਵਾਂਝਾ ਹੈ ਤਾਂ ਬਾਤ ਨਾ ਪੁੱਛੈ ਕਿ। ਮਹਾਰਾਜ ਨੇ ਇਹ ਸ਼ਬਦ ਕਹੇ। ਫਿਰ ਅੱਗੇ ਜਾ ਕੇ ਜਪਜੀ ਸਾਹਿਬ ਜੀ ਦੀ ਸਭ ਤੋਂ ਅੰਤਲੀ ਪੌੜੀ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮੱਤ ਵੇਦ ਹਥਿਆਰ, ਉੱਥੇ ਵੀ ਪਰਮਾਤਮਾ ਦੀ ਕਿਰਪਾ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਉੱਪਰ ਮੇਰੇ ਪੂਰੇ ਪਰਮੇਸ਼ਰ ਦੀ ਮਿਹਰਬਾਨੀ ਹੁੰਦੀ ਹੈ ਉਹਨਾਂ ਨੂੰ ਗੁਰੂ ਕਾ ਸ਼ਬਦ ਕਮਾਉਣ ਦੀ ਜਾਚ ਆ ਜਾਂਦੀ ਹੈ।
असल विच सेवा ही वह कर सकते ने, सिमरन ही वह कर सकते ने जिन्हां नूं मेरा सतगुरु आप कृपा दृष्टि करके सही मार्ग ते पावे। अज दे पावन शब्द विच शहीदां दे सरताज सतगुरु पिता गुरु अर्जन साहब जी ने फरमाया है कि तौ कृपा ते मार्ग पाईऐ, हे मेरे वाहिगुरु तेरी कृपा दे नाल जीवन विच ठीक रस्ता प्राप्त हुंदा। सत संगत जी, साडा जीवन चौरस्ता है, चार रस्ते निकलते ने, वैसे तो कई निकलते ने, चलो आप दृष्टांत मान लीए भी चार निकलते ने, उत्तर पूर्व पछम दक्षण दिशा है, भाव ये जड़ियां दिशावां हन ये मनुख नूं वख वख पासे लै के जान वालियां ने। सानू विकार हर रोज़ प्रेरदे ने, हर रोज़ की हर पल प्रेरदे ने, चंगी मत चंगी संगत विच्चों चंगी मत मिलदी, संगत कहिंदी आ उठ संगत विच जा परमात्मा दी बंदगी कर, मन दे विकार कहिंदे तू बंदगी तू की लैना है, चल संसार दे ऐशो आराम दे पदार्थां नू सेवन कर, बंदगी तां हुंदी रहेगी, संसार बहुत मिठा है। कहन लगे साडा मन हर वेले चंचल हो के परमात्मा नू भुलदा है, पर जदों उहदी अकाल पुरख की मेहरबानी हुंदी है उदों जीवन का ठीक मार्ग मिल जाता है। ये गुरु अर्जन साहब कहिंदे मार्ग केड़ा संत का मार्ग, धर्म की पौड़ी को वडभागी पाए। संत का मार्ग, संत का मार्ग का अर्थ है जिदे उपर नाम जपन वाले चलते ने, जिस मार्ग के उत्ते बंदगी है, जिस मार्ग के जिस राह के उत्ते परमात्मा के सिमरन की बात है, जेड़ा राह कठिन है, जेड़ा राह संसार के सुखां तो उच्चा उठ के प्राप्त किया जाता है, उस राह उस मार्ग ते मेरे वाहिगुरु की कृपा दे नाल चलिया जाता है। ये गल गुरु अर्जन साहब ने आखी है जी, प्रभ कृपा ते नाम त्याई है। कहिंदे नाम भी परमात्मा की कृपा नाल त्याया जाता है। हुण आपां कहांगे भी महाराज तुसीं कृपा करो, फिर असी नाम त्यावांगे। सतगुरु ने जिथे कहा भी परमात्मा की कृपा नाल नाम त्याईदा है, उत्थे नाल सानू यतन करन वास्ते भी आख्या है भी तुसीं अपने यतन विच यतनशील रहना है, अमृत वेले उठ के आवना है, जदों अकाल पुरख ने कृपा करनी अपने आप अंदर नाम वस जाएगा। तो जेड़ा अमृत वेले उठ के आ गए ये भी गुरु की कृपा है, ये भी साध संगत जी कृपा है। महाराज बख्शिश करते ने, प्रभ कृपा ते बंधन छुट्टै, प्रभु की कृपा दे नाल जीवन विच पए हुए बंधन टुट जाते ने, मनुख इन्हां बंधना तो सुरखरू हो जाता है। तौ कृपा ते हम मैं टुटै, हे वाहिगुरु आप जी की कृपा दे नाल ही मनुख दे मन का हंकार दूर हुंदा है। साध संगत जी, महाराज ने कहा विच हम मैं भीत करारी है, एक पासे है परमात्मा, दूसरे पासे है मनुख दी आत्मा, हिरदे दे विच ही इन्हां दा वासा है, एक पासे परमात्मा दूजे पासे साड़ी आत्मा, विच परमात्मा भी वसदा है आत्मा भी वसदी, पर दोवां दा मिलाप नहीं, क्योंकि अंदर हौमें है, हौमें दी ओ बरीक परत जिन्हों क्या पंभीरी के पात पर दो बिन पेखे दूर आयो, है पंभीरी दा परदा ओ है कंध। सतगुरु जी ने कहा जिमें आप कहने कंध ओले परदेस, एक विच कंध है, कंध भावें बहुत बरीक होवे पर पड़दा है, आर पार कुछ भी दीदा नहीं। सतगुरु जी ने कहा यह कंध असल विच मनुख दी हौमे है, साडा हंकार है, चंगे गुणा दा, चंगे बोल चाल दा, चंगी शख्सियत दा, चंगे संसार दे नाम दा, चंगे संसार दे नाम दा,
ਦੌਲਤ ਦਾ ਸ਼ੌਹਰਤ ਦਾ ਜਿਹੜਾ ਹੰਕਾਰ, ਇਹ ਸਾਨੂੰ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਾਪਤ ਕਰਨ ਨਹੀਂ ਦਿੰਦਾ। ਆਪ ਕਹੋਗੇ ਹੰਕਾਰ ਕਿਵੇਂ ਦੂਰ ਹੋਵੇ, ਤਾਂ ਸਤਿਗੁਰੂ ਜੀ ਨੇ ਕਿਹਾ ਜਦੋਂ ਸੰਗਤ ਦੇ ਵਿੱਚ ਆ ਕੇ ਬੈਠਾਂਗੇ, ਜਦੋਂ ਸੰਗਤ ਦੀ ਸੇਵਾ ਕਰਾਂਗੇ, ਸੰਗਤ ਵਾਸਤੇ ਪ੍ਰਸ਼ਾਦ ਤਿਆਰ ਕਰਾਂਗੇ, ਸੰਗਤ ਵਾਸਤੇ ਬਰਤਨਾਂ ਦੀ ਸੇਵਾ ਕਰਾਂਗੇ, ਤਾਂ ਉਦੋਂ ਸਾਡੇ ਮਨ ਦੀ ਹਉਮੈ ਆਪਣੇ ਆਪ ਦੂਰ ਹੁੰਦੀ ਜਾਏਗੀ, ਅੰਦਰ ਨਿਮਰਤਾ ਟਿਕਦੀ ਜਾਏਗੀ। ਅਤੇ ਗੁਰਮੁਖੋ ਸੱਚ ਜਾਣੋ, ਨਿਮਰਤਾ ਤੋਂ ਬਿਨਾਂ ਸੇਵਾ ਹੋ ਨਹੀਂ ਸਕਦੀ, ਨਿਮਰਤਾ ਤੋਂ ਬਿਨਾਂ ਬੰਦਗੀ ਨਹੀਂ ਹੋ ਸਕਦੀ। ਸਤਿਗੁਰੂ ਦੇ ਘਰ ਦੀ ਇਹ ਵਿਸ਼ੇਸ਼ਤਾ ਹੈ, ਜਿਹੜਾ ਵੀ ਇਸ ਘਰ ਚੱਲ ਕੇ ਆਇਆ, ਮਹਾਰਾਜ ਨੇ ਸਭ ਤੋਂ ਪਹਿਲਾਂ ਉਹਨੂੰ ਪੈਰੀਂ ਪੈਣਾ ਸਿਖਾਇਆ ਹੈ। ਪੈਰੀਂ ਪੈਣਾ, ਗੁਰਸਿੱਖਾਂ ਦੇ ਪੈਰੀਂ ਪੈਣਾ, ਸੰਗਤ ਦੀ ਸੇਵਾ ਵਿੱਚ ਜੁੜ ਜਾਣਾ। ਸਤਿਗੁਰੂ ਜੀ ਨੇ ਕਿਹਾ ਹੇ ਪਰਮਾਤਮਾ ਵਾਹਿਗੁਰੂ, ਜਦੋਂ ਤੁਸੀਂ ਜੀਵ 'ਤੇ ਕਿਰਪਾ ਕਰਦੇ ਹੋ ਤਾਂ ਇਸ ਦੀ ਹਉਮੈ ਟੁੱਟ ਜਾਂਦੀ ਹੈ। ਜਿਹੜਾ ਹਉਮੈ ਦਾ ਵੱਡਾ ਰੋਗ ਮਨੁੱਖ ਨੂੰ ਚਿੰਬੜਿਆ ਹੋਇਆ ਹੈ, ਮਨੁੱਖ ਇਸ ਰੋਗ ਤੋਂ ਬਚ ਜਾਂਦਾ ਹੈ ਜੀ। ਤੁਮ ਲਾਵੋ ਤੋਂ ਲਾਗੈ ਸੇਵ, ਹਮ ਤੇ ਕਸ਼ੂ ਨ ਹੋਵੈ ਦੇਵ। ਗੁਰੂ ਅਰਜਨ ਸਾਹਿਬ ਰਹਾਉ ਵਾਲੀ ਤੁਕ ਵਿੱਚ ਜ਼ਿਕਰ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਤੁਸੀਂ ਕਿਰਪਾ ਕਰਕੇ ਜੀਵ ਨੂੰ ਆਪਣੀ ਸੇਵਾ ਵਿੱਚ ਲਾਓ ਤਾਂ ਅਸੀਂ ਸੇਵਾ ਵਿੱਚ ਲੱਗ ਸਕਦੇ ਹਾਂ। ਹਮ ਤੇ ਕਸ਼ੂ ਨਾ ਹੋਵੇ ਦੇਵ, ਹੇ ਪ੍ਰਕਾਸ਼ ਸਰੂਪ ਨਿਰੰਕਾਰ ਜੀ, ਤੁਹਾਡੀ ਮਿਹਰਬਾਨੀ ਤੋਂ ਬਿਨਾਂ ਸਾਡੇ ਜੀਵਾਂ ਦੇ ਪਾਸੋਂ ਤੁਹਾਡੀ ਸੇਵਾ ਨਹੀਂ ਹੋ ਸਕਦੀ। ਜੇ ਤੁਸੀਂ ਮਿਹਰਬਾਨੀ ਕਿਰਪਾ ਦ੍ਰਿਸ਼ਟੀ ਕਰੋ ਤਾਂ ਸਾਨੂੰ ਆਪਣੀ ਸੇਵਾ ਵਿੱਚ ਲਾ ਲਓ। ਸਾਧ ਸੰਗਤ ਜੀ, ਅਸੀਂ ਜੋ ਸਾਹਿਬ ਦੀ ਸੇਵਾ ਕਰਦੇ ਹਾਂ, ਆਪ ਜੀ ਬਾਣੀ ਸੁਣਨ ਦੀ ਸੇਵਾ ਕਰਦੇ ਹੋ, ਸੰਗਤ ਕਰਨ ਦੀ ਸੇਵਾ ਕਰਦੇ ਹੋ, ਗੁਰਮੁਖ ਪਿਆਰੇ ਪ੍ਰਸ਼ਾਦ ਵਰਤਾਉਣ ਦੀ, ਪ੍ਰਸ਼ਾਦ ਬਣਾਉਣ ਦੀ, ਲੰਗਰ ਤਿਆਰ ਕਰਨ ਦੀ ਸੇਵਾ ਕਰਦੇ ਨੇ, ਕੋਈ ਬਾਣੀ ਪੜ੍ਹ ਕੇ ਸੁਣਾਉਣ ਦੀ ਸੇਵਾ ਕਰਦਾ ਹੈ, ਇਹ ਸਾਰੀਆਂ ਸੇਵਾਵਾਂ ਆਪ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਬਖਸ਼ੀਆਂ ਨੇ। ਗੁਰਮੁਖੋ, ਸਾਡੇ ਵਰਗੇ ਸੰਸਾਰ ਵਿੱਚ ਹੋਰ ਵੀ ਤਾਂ ਜੀਵ ਹਨ ਜਿਹੜੇ ਇਸ ਸੇਵਾ ਤੋਂ ਮੁਨਕਰ ਨੇ, ਸੇਵਾ ਨਹੀਂ ਪ੍ਰਾਪਤ ਹੋਈ, ਅਸਲ ਵਿੱਚ ਉਹਨਾਂ ਉੱਪਰ ਨਿਰੰਕਾਰ ਦੀ ਕਿਰਪਾ ਹੀ ਨਹੀਂ ਹੈ। ਕਿਰਪਾ ਕੀਜੈ ਸਾ ਮਤ ਦੀਜੈ, ਹੇ ਵਾਹਿਗੁਰੂ ਆਪ ਕਿਰਪਾ ਕਰੋ, ਸਾਨੂੰ ਇਹੋ ਜਿਹੀ ਮਤ ਦਿਓ ਜਿਸ ਮਤ ਦੇ ਨਾਲ ਸਾਡੀ ਤੁਹਾਡੇ ਨਾਲ ਬਣ ਆਵੇ। ਸਾਧ ਸੰਗਤ ਜੀ, ਇੱਕ ਗੁਰਸਿੱਖ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਵਿੱਚ। ਮਹਾਰਾਜ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਨੇ ਚੱਲੇ ਜਾ ਰਹੇ, ਇੱਕ ਵਪਾਰੀ ਮਿਲਦਾ ਸਤਿਗੁਰਾਂ ਨੂੰ। ਉਹ ਆਪਣੇ ਉਹਨੇ ਥੋੜ੍ਹਾ ਜਿਹਾ ਉਹਦੇ ਪਾਸ ਸਮਾਨ ਹੈ, ਇੱਕ ਦੋ ਪੰਡਾਂ ਉਹ ਵੇਚ ਰਿਹਾ ਸੀ, ਅਤੇ ਵੇਚਦਾ ਵੇਚਦਾ ਰਸਤੇ ਵਿੱਚ ਸਤਿਗੁਰਾਂ ਨੂੰ ਮਿਲਿਆ। ਸਾਧੂ ਜਾਣ ਕੇ ਨਮਸਕਾਰ ਕੀਤੀ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਭਲਿਆ ਲੋਕਾਂ ਕੀ ਵੇਚਦਾ ਹੈ? ਕਹਿੰਦਾ ਜੀ ਮੈਂ ਤੇਲ ਵੇਚਦਾ, ਮੈਂ ਲੂਣ ਵੇਚਦਾ ਹਾਂ, ਇਹ ਰਸੋਈ ਦਾ ਸੌਦਾ ਮੇਰੇ ਕੋਲ ਹੈ। ਸਾਹਿਬ ਨੇ ਕਿਹਾ ਇਹਦੇ ਵਿੱਚ ਕੀ ਹੈ ਜੀ? ਇਸ ਪੰਡ ਦੇ ਵਿੱਚ ਮੈਂ ਵੱਟੇ ਰੱਖੇ ਨੇ, ਕੁਝ ਸੌਦਾ ਹੈ, ਖੋਲ੍ਹ ਕੇ ਵਿਖਾਓ। ਖੋਲ੍ਹ ਕੇ ਵਿਖਾਇਆ, ਵਿੱਚ ਵੱਟੇ ਸੀ, ਪੱਥਰ ਦੇ ਵੱਟੇ। ਸਤਿਗੁਰਾਂ ਨੇ ਹੱਥ ਵਿੱਚ ਪਕੜੇ, ਕਿਹਾ ਇਹ ਕਿੰਨਾ ਜੀ? ਇਹ ਇੱਕ ਸ਼ੇਰ ਦਾ, ਆਹ ਇਹ ਆਸਰ ਦਾ, ਇਹ ਜੀ ਪਾਈਆ ਦਾ, ਇਹ ਅੱਧ ਪਾ ਦਾ, ਇਹ ਪਾਈਆ ਦਾ, ਜਿਹੜਾ ਸਭ ਤੋਂ ਛੋਟਾ ਵੱਟਾ। ਸਾਹਿਬ ਨੇ ਚੁੱਕਿਆ, ਚੁੱਕ ਕੇ ਅਤੇ ਉਹਨੂੰ ਆਪਣੇ ਹੱਥ ਵਿੱਚ ਲੈ ਕੇ ਸਾਹਿਬ ਆਖਣ ਲੱਗੇ ਵੀ ਧੰਨ ਪਾ, ਧੰਨ ਪਾ। ਉਸ ਪਾ ਦੇ ਵੱਟੇ ਨੂੰ ਧੰਨ ਧੰਨ ਕਿਹਾ। ਇਹ ਦੇਖ ਕੇ ਲਾਗਿਓ ਭਾਈ ਮਰਦਾਨਾ ਜੀ ਪ੍ਰਸ਼ਨ ਪੁੱਛਦੇ ਨੇ, ਮਹਾਰਾਜ ਇਹ ਪਾ ਧੰਨ ਕਿਉਂ? ਸਾਹਿਬ ਨੇ ਕਿਹਾ ਇਹ ਸਭ ਤੋਂ ਛੋਟਾ ਹੈ, ਸਭ ਤੋਂ ਛੋਟੇ ਦਾ ਭਾਵ ਇਹ ਹੌਲਾ ਹੈ, ਇਹਦੇ ਵਿੱਚ ਨਿਮਰਤਾ ਹੈ, ਇਹ ਆਪਣੇ ਆਪ ਨੂੰ ਗਰੀਬ ਅਖਵਾਉਂਦਾ ਹੈ, ਭਾਰ ਵਿੱਚ ਥੋੜ੍ਹਾ ਆਉਣ ਕਰਕੇ ਲੋਕ ਇਹਨੂੰ ਸਮਝਦੇ ਨੇ ਛੋਟਾ ਹੈ,
ਛੋਟੇ ਤੋਂ ਭਾਵ ਸਤਿਗੁਰੂ ਨੇ ਉੱਥੇ ਨਿਮਰਤਾ ਤੋਂ ਲਿਆ ਸੀ ਵੀ ਜਿਹੜਾ ਸੱਜਣ ਨਿਮਰਤਾ ਵਿੱਚ ਰਹਿ ਕੇ ਸੇਵਾ ਕਰੇਗਾ, ਜਿਹੜਾ ਸੱਜਣ ਝੁੱਕ ਕੇ ਸੰਗਤ ਦੇ ਚਰਨਾਂ ਦੀ ਧੂੜੀ ਬਣ ਕੇ ਸੇਵਾ ਕਰੇਗਾ, ਉਹ ਧੰਨ ਹੋ ਜਾਏਗਾ, ਉਹਦੇ ਉੱਤੇ ਬੇਅੰਤ ਬਖਸ਼ਿਸ਼ਾਂ ਵਰਤਣਗੀਆਂ। ਇਹ ਬਚਨ ਸੁਣੇ ਉਹ ਵਪਾਰੀ ਸੱਜਣ ਹਜ਼ੂਰ ਦੇ ਚਰਨੀ ਢਹਿ ਪਿਆ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਸਾਹਿਬ ਨੇ ਮਿਹਰ ਦ੍ਰਿਸ਼ਟੀ ਕੀਤੀ, ਸਿਰ 'ਤੇ ਹੱਥ ਰੱਖਿਆ, ਮੂਲ ਮੰਤਰ ਦਿੱਤਾ, ਉਹਨੇ ਜਪਿਆ। ਸਾਧ ਸੰਗਤ ਜੀ, ਉਹ ਗੁਰਸਿੱਖ, ਉਹ ਵਪਾਰੀ ਗੁਰਸਿੱਖ ਬਣ ਗਿਆ। ਥੋੜ੍ਹੇ ਸਮੇਂ ਅੰਦਰ ਹੀ ਉਹਨੂੰ ਮਹਾਨ ਬ੍ਰਹਮ ਗਿਆਨ ਦੀ ਦਾਤ ਮਿਲੀ, ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਨਾਮ ਦਾਨ ਮਿਲਿਆ। ਭਾਈ ਮਰਦਾਨਾ ਬਾਲਾ ਜੀ ਪੁੱਛਦੇ ਨੇ, ਸਾਹਿਬ ਇਹ ਮਨੁੱਖ ਦੇ ਉੱਪਰ ਬੜੀ ਛੇਤੀ ਕਿਰਪਾ ਹੋਈ, ਕੀ ਗੱਲ ਹੈ? ਸਾਹਿਬ ਨੇ ਕਿਹਾ, ਇਹਦੇ ਜਨਮਾਂ ਦੀ ਕਮਾਈ ਸੀ। ਇਹਨੂੰ ਸਿਰਫ ਉੱਥੇ ਦ੍ਰਿਸ਼ਟਾਂਤ ਦਿੱਤਾ ਵੀ ਇਹ ਦੀਵਾ, ਉਹਦੇ ਵਿੱਚ ਤੇਲ ਵੀ ਸੀ, ਵੱਟੀ ਵੀ ਸੀ, ਸਿਰਫ ਉਹਨੂੰ ਅੱਗ ਲਾਉਣ ਦੀ ਜ਼ਰੂਰਤ ਸੀ। ਇਹ ਤਿਆਰ ਸੀ, ਇਹਦਾ ਹਿਰਦਾ ਵੀ, ਇਹਦੇ ਅੰਦਰ ਪ੍ਰੇਮ ਦਾ ਤੇਲ ਵੀ ਸੀ, ਬਸ ਇਹਨੂੰ ਸ਼ਬਦ ਦੀ ਚੰਗਿਆੜੀ ਚਾਹੀਦੀ ਸੀ। ਹੁਣ ਸ਼ਬਦ ਇਹਨੂੰ ਦਿੱਤਾ ਹੈ, ਉਸ ਸ਼ਬਦ ਦੇ ਨਾਲ ਇਹਦੇ ਅੰਦਰ ਦਾ ਹਿਰਦੇ ਦਾ ਦੀਪਕ ਜਲ ਪਿਆ ਹੈ, ਹੁਣ ਇਹ ਜਗਣ ਲੱਗ ਪਿਆ ਹੈ। ਔਰ ਇਹਨੇ ਜਿਵੇਂ ਜਿਵੇਂ ਜਗੇਗਾ, ਉਵੇਂ ਉਵੇਂ ਇਹ ਅੰਦਰ ਦੀ ਸਾਰੀ ਮੈਲ ਉਤਾਰ ਦੇਗਾ, ਔਰ ਇਹਦਾ ਆਪਣਾ ਜੀਵਨ ਧੰਨ, ਜਿਹਦੇ ਜਿਹੜਾ ਇਸ ਦੀ ਸੰਗਤ ਕਰੇਗਾ ਉਹਦਾ ਜੀਵਨ ਵੀ ਧੰਨ ਹੋ ਜਾਏਗਾ। ਸਾਹਿਬ ਨੇ ਉੱਥੇ ਦੋ ਬਖਸ਼ਿਸ਼ਾਂ ਕੀਤੀਆਂ, ਇੱਕ ਤਾਂ ਸਾਨੂੰ ਨਿਮਰਤਾ ਵਿੱਚ ਰਹਿਣ ਦੀ ਜਾਚ ਦੱਸੀ, ਦੂਸਰਾ ਸਤਿਗੁਰੂ ਜੀ ਨੇ ਕਿਹਾ ਜਿਹੜੀ ਬੰਦਗੀ ਹੈ, ਸਿਮਰਨ ਹੈ, ਅੰਦਰ ਦਾ ਗਿਆਨ ਹੈ, ਇਹ ਪੂਰੇ ਸਤਿਗੁਰੂ ਦੀ ਕਿਰਪਾ ਦੇ ਬਾਝੋਂ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਥੇ ਸਾਹਿਬ ਕਹਿ ਰਹੇ ਨੇ, ਤੁਮ ਲਾਵੋ ਤੋਂ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇਵ। ਹੇ ਵਾਹਿਗੁਰੂ, ਤੁਸੀਂ ਕਿਰਪਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਵਿੱਚ ਲੱਗ ਸਕਦੇ ਹਾਂ, ਨਹੀਂ ਤਾਂ ਸਾਡੇ ਪਾਸ ਕੋਈ ਚਤੁਰਾਈ, ਕੋਈ ਸਿਆਣਪ, ਕੋਈ ਸਮਝ ਨਹੀਂ ਕਿ ਅਸੀਂ ਆਪ ਜੀ ਦੀ ਕੋਈ ਗੱਲ ਕਰ ਸਕੀਏ, ਆਪ ਜੀ ਦੀ ਕੋਈ ਸੇਵਾ ਕਰ ਸਕੀਏ। ਰਹਾਉ ਤੁਧ ਭਾਵੈ ਤਾਂ ਗਾਵਾਂ ਬਾਣੀ, ਜੇ ਤੁਹਾਨੂੰ ਭਾਵਾਂ, ਭਾਵ ਜੇ ਤੁਹਾਨੂੰ ਚੰਗਾ ਲੱਗਾਂ, ਤੁਹਾਡੀ ਕਿਰਪਾ ਹੋਵੇ ਤਾਂ ਮੈਂ ਬਾਣੀ ਗਾ ਸਕਦਾ ਹਾਂ। ਤੁਧ ਭਾਵੈ ਤਾਂ ਸੱਚ ਵਖਾਣੀ, ਜੇ ਤੁਹਾਨੂੰ ਭਾਵਾਂ ਚੰਗਾ ਲੱਗਾਂ ਤਾਂ ਮਹਾਰਾਜ ਮੈਂ ਸੱਚ ਬੋਲ ਸਕਦਾ ਹਾਂ, ਤੁਹਾਡੀ ਸਿਫਤ ਸਲਾਹ ਕਰ ਸਕਦਾ ਹਾਂ। ਤੁਧ ਭਾਵੈ ਤਾਂ ਸਤਿਗੁਰ ਮਿਆ, ਹੇ ਵਾਹਿਗੁਰੂ ਜੇ ਆਪ ਨੂੰ ਭਾ ਜਾਵੇ, ਆਪ ਨੂੰ ਚੰਗਾ ਲੱਗੇ ਤਾਂ ਮੇਰੇ ਉੱਪਰ ਪੂਰੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਸਰਬ ਸੁੱਖਾਂ ਪ੍ਰਭ ਤੇਰੀ ਦਇਆ, ਹੇ ਦਿਆਲੂ ਪਾਤਸ਼ਾਹ ਜੀ, ਹੇ ਵਾਹਿਗੁਰੂ ਨਿਰੰਕਾਰ ਜੀ, ਤੁਹਾਡੀ ਦਇਆ ਦੇ ਨਾਲ, ਤੁਹਾਡੀ ਮਿਹਰਬਾਨੀ ਕਿਰਪਾ ਦ੍ਰਿਸ਼ਟੀ ਦੇ ਨਾਲ ਮੇਰੇ ਘਰ ਵਿੱਚ ਸਾਰੇ ਸੁੱਖ, ਹਿਰਦੇ ਵਿੱਚ ਆਣ ਕੇ ਸਾਰੀਆਂ ਬਰਕਤਾਂ ਵਸ ਜਾਂਦੀਆਂ ਨੇ। ਜੋ ਦੁੱਧ ਭਾਵੈ ਸੋ ਨਿਰਮਲ ਕਰਮਾ, ਉਹੀ ਕਰਮ ਨਿਰਮਲ ਚੰਗੇਰੇ ਹਨ, ਸ੍ਰੇਸ਼ਟ ਹਨ, ਜੋ ਮੇਰੇ ਵਾਹਿਗੁਰੂ ਆਪ ਜੀ ਨੂੰ ਚੰਗੇ ਲੱਗਦੇ ਨੇ। ਜੋ ਦੁੱਧ ਭਾਵੈ ਸੋ ਸੱਚ ਧਰਮਾ, ਉਹ ਧਰਮ ਚੰਗਾ ਹੈ, ਉਹ ਕਰਮ ਚੰਗਾ ਹੈ, ਉਹ ਨੇਮ ਸ੍ਰੇਸ਼ਟ ਹੈ। ਜਿਹੜਾ ਵਾਹਿਗੁਰੂ ਤੁਹਾਨੂੰ ਚੰਗਾ ਲੱਗੇ, ਜਿਹਦੇ ਵਿੱਚੋਂ ਤੁਹਾਡਾ ਨਾਮ, ਤੁਹਾਡੀ ਬੰਦਗੀ ਚੇਤੇ ਆਵੇ, ਸਰਬ ਨਿਧਾਨ ਗੁਣ ਤੁਮ ਹੀ ਪਾਸ। ਹੇ ਵਾਹਿਗੁਰੂ, ਸਾਰੇ ਖਜ਼ਾਨੇ, ਸਾਰੀਆਂ ਬਖਸ਼ਿਸ਼ਾਂ ਬਰਕਤਾਂ ਤੁਹਾਡੇ ਪਾਸ ਹਨ, ਤੂੰ ਸਾਹਿਬ ਸੇਵਕ ਅਰਦਾਸ, ਤੂੰ ਮੇਰੀ ਜਿੰਦ ਦਾ ਮਾਲਕ ਹੈ ਅਤੇ ਮੈਂ ਤੇਰਾ ਸੇਵਕ, ਅਤੇ ਸੇਵਕ ਨੂੰ ਤੇਰੇ ਚਰਨਾਂ 'ਚ ਅਰਦਾਸ ਕਰਨੀ ਹੀ ਬਣ ਆਉਂਦੀ ਹੈ। ਸਾਧ ਸੰਗਤ ਜੀ, ਜਿੱਥੇ ਅਸੀਂ ਕਿਰਪਾ ਦੀ ਗੱਲ ਕਰਦੇ ਹਾਂ, ਉੱਥੇ ਸਿੱਖ ਧਰਮ ਦੇ ਵਿੱਚ ਇਸ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਅਰਦਾਸ ਬਹੁਤ ਜ਼ਰੂਰੀ ਹੈ।
ਅਰਦਾਸ ਸਿੱਖ ਧਰਮ ਦਾ ਕੇਂਦਰੀ ਮਹੱਤਵਪੂਰਨ ਸੰਕਲਪ ਹੈ। ਜਿਨ੍ਹਾਂ ਨੇ ਅਰਦਾਸ ਕਰਨੀ ਸਿੱਖ ਲਈ, ਜਿਨ੍ਹਾਂ ਨੂੰ ਅਰਦਾਸ ਕਰਨ ਦੀ ਜਾਚ ਆ ਗਈ, ਉਹਨਾਂ ਉੱਪਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਹੋ ਜਾਂਦੀ ਹੈ। ਕਹਿਣ ਲੱਗੇ, ਮੈਂ ਤੇਰਾ ਸੇਵਕ, ਤੂੰ ਮੇਰਾ ਦਾਤਾ, ਅਤੇ ਸੇਵਕ ਨੂੰ ਅਰਦਾਸ ਕਰਨੀ ਹੀ ਬੰਨ ਆਉਂਦੀ ਹੈ। ਸਾਹਿਬ ਅੱਗੇ ਕਹਿੰਦੇ ਨੇ, ਮਨ ਤਨ ਨਿਰਮਲ ਹੋਏ ਹਰ ਰੰਗ। ਮਨ ਅਤੇ ਤਨ ਦੋਵੇਂ ਨਿਰਮਲ ਹੋ ਜਾਂਦੇ ਨੇ। ਹਰੀ ਦੇ ਰੰਗ ਦਾ ਅਰਥ ਹੈ ਪ੍ਰੇਮ। ਜਿਹੜੇ ਭਾਈ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਕਰਦੇ ਨੇ, ਉਹਨਾਂ ਦਾ ਮਨ ਅਤੇ ਤਨ ਦੋਵੇਂ ਹੀ ਨਿਰਮਲ ਹੋ ਜਾਂਦੇ ਨੇ। ਸਰਬ ਸੁੱਖਾਂ ਪਾਵਾਂ ਸਤਸੰਗ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਮੇਰੇ ਪਰਮਾਤਮਾ, ਮੈਂ ਸਤਸੰਗਤ ਦੇ ਵਿੱਚ ਬੈਠ ਕੇ ਸਾਰੇ ਹੀ ਸੁੱਖ ਪ੍ਰਾਪਤ ਕਰਦਾ ਹਾਂ। ਕੋਈ ਵੀ ਸੁੱਖ ਐਸਾ ਨਹੀਂ ਜਿਹੜਾ ਮੈਨੂੰ ਸੰਗਤ ਵਿੱਚ ਬੈਠਣ ਤੋਂ ਪ੍ਰਾਪਤ ਨਾ ਹੋਵੇ। ਸਾਰੀਆਂ ਬਰਕਤਾਂ ਮੈਨੂੰ ਆਪ ਜੀ ਦੀ ਸੰਗਤ ਵਿੱਚ ਬੈਠਣ ਕਰਕੇ ਮਿਲਦੀਆਂ ਨੇ। ਨਾਮ ਤੇਰਾ ਰਹਿ ਮਨ ਰਾਤਾ। ਹੇ ਮੇਰੇ ਵਾਹਿਗੁਰੂ, ਆਪ ਜੀ ਦੀ ਮਿਹਰਬਾਨੀ ਕਰਕੇ, ਆਪ ਜੀ ਦੀ ਕਿਰਪਾ ਦੇ ਸਦਕਾ ਹੁਣ ਤੁਹਾਡਾ ਜਿਹੜਾ ਨਾਮ ਮੇਰੇ ਮਨ ਵਿੱਚ ਵਸਿਆ ਹੈ, ਅਤੇ ਮੇਰਾ ਮਨ ਤੁਹਾਡੇ ਨਾਮ ਨਾਲ ਰਾਤਾ ਦਰਥ ਰੰਗਿਆ ਰਹਿੰਦਾ ਹੈ। ਨਾਮ ਤੇਰਾ ਰਹਿ ਮਨ ਰਾਤਾ, ਇਹ ਕਲਿਆਣ ਨਾਨਕ ਕਰ ਜਾਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੇਰੇ ਵਾਹਿਗੁਰੂ ਜੀ, ਇੱਕ ਤਾਂ ਆਮ ਕਿਰਪਾ ਜਿਹੜੀ ਤੁਸੀਂ ਸਭ ਜੀਵਾਂ 'ਤੇ ਕਰਦੇ ਹੋ, ਸਾਰਿਆਂ ਨੂੰ ਸਰੀਰ ਮਿਲਿਆ, ਸਵਾਸ ਮਿਲੇ, ਮਾਤਾ ਪਿਤਾ ਪਰਿਵਾਰ ਭਾਈ ਸਭ ਕੁਝ ਮਿਲਿਆ, ਇਹ ਤਾਂ ਕਿਰਪਾ ਹੈ। ਦੂਸਰੀ ਕਿਰਪਾ ਜਿਹੜਾ ਤੁਸੀਂ ਜੀਵ ਨੂੰ ਬੰਦਗੀ ਨਾਮ ਸਤਸੰਗਤ ਦਿੰਦੇ ਹੋ, ਇਸ ਸਤਸੰਗਤ ਦੀ ਬਦੌਲਤ ਮੈਂ ਸਮਝਦਾ ਹਾਂ ਵੀ ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡਾ ਤੁਹਾਡਾ ਪਰਉਪਕਾਰ, ਸਭ ਤੋਂ ਵੱਡਾ ਤੁਹਾਡਾ ਤਰਸ ਇਹ ਹੈ, ਤੁਸੀਂ ਮਨੁੱਖ ਨੂੰ ਆਪਣੇ ਪਾਵਨ ਚਰਨਾਂ ਦੀ ਸੰਗਤ ਬਖਸ਼ ਕੇ ਪਾਵਨ ਚਰਨਾਂ ਦੀ ਨੇੜਤਾ ਦੇ ਦਿੰਦੇ ਹੋ। ਇਹ ਨੇੜਤਾ ਮਿਲਦੀ ਹੈ ਨਾਮ ਰਾਹੀਂ, ਨਾਮ ਮਿਲਦਾ ਹੈ ਪ੍ਰਭੂ ਦੀ ਬਖਸ਼ਿਸ਼ ਰਾਹੀਂ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਰਦਾਸ ਕਰਨ ਦੇ ਨਾਲ। ਆਓ ਸਾਰੇ ਰਲ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਸਾਹਿਬ ਸਾਰਿਆਂ ਉੱਪਰ ਕਿਰਪਾ ਕਰਨ, ਮਿਹਰਬਾਨੀ ਕਰਕੇ ਨਾਮ ਦੀ ਦਾਤ ਬਖਸ਼ਣ। ਆਪਣੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਸਾਨੂੰ ਸਭ ਨੂੰ ਸਤਸੰਗਤ ਦੇ ਨਾਲ ਹੋਰ ਪਿਆਰ ਬਖਸ਼ਣ। ਗੁਰੂ ਕੀ ਸੰਗਤ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਈਏ ਜੀ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਗੁਰੂ ਅਰਜਨ ਸਾਹਿਬ ਜੀ ਸਾਰਿਆਂ ਨੂੰ ਨਾਮਦਾਨ ਦੇ ਕੇ ਨਿਹਾਲ ਕਰਨ, ਬੇਅੰਤ ਫੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਕਿਰਪਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਜਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ, ਗਾਵੋ ਹਰੀ ਕੇਰਾ ਮਨ ਜੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਹਰਨਾਏ, ਹਰਨਾਏ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾਂਗਲ ਸਮਰਥ ਸੁਆਮੀ ਸੋ ਕਿਉਂ ਮਰੋਂ ਸਾਰੇ, ਹੈ ਨਾਨਕ ਮਨ ਮੇਰੇ ਸਦਾਰੋ ਹਰਨਾਏ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੈ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾ
ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਮੰਤ ਸ਼ਬਦ ਕਰ ਸਪਾਗੈ ਸ਼ਬਦ ਵਾਜੇ ਕਲਾਜਿਤ ਕਰ ਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੇ ਸੁਖੋ ਆਦਿਤ ਕਰ ਅਨਹਦ ਵਾਜੇ ਨੰਦ ਸੁਣੋ ਵਟ ਪਾਗਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪਾਇਆ ਇਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੰਤ ਸਜਣ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਦੇਵ ਜਿਤ ਭੈ ਦੇਵ ਚੰਦ ਰਹਿਆ ਪਰ ਪੂਰੇ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਵਿਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੇ ਦਾਈ ਦਾਇਆ ਖੇਲੈ ਸਗਲ ਜਗਤ ਜਗਿਆ ਆਇਆ ਪਰ ਆਇਆ ਵਾਜੇ ਧਰਮ ਨੂਰ ਕਰਮੀ ਆਪੋ ਆਪਣੇ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਦੇਵ ਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਲਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਦ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੋ ਜਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੁ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਨਾਰੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾਲ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਾ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੋਏਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਰ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥਰੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੇ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਅਰਜੋਈ ਹੈ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਾਜ਼ੂਰੀ ਵਿਖੇ ਦੀਵਾਨ ਸਜਿਆ ਸਜੇ ਹੋਏ ਦੀਵਾਨ ਅੰਦਰ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ ਪੰਜਾਂ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਆਨੰਦ ਸਾਹਿਬ ਜੀ ਦੀ ਗੁਰਬਾਣੀ ਦੀਆਂ ਛੇ ਪੌੜੀਆਂ ਦਾ ਕੀਰਤਨ ਹੋਇਆ ਸਮੁੱਚੀ ਸੇਵਾ ਨਿਭਾਉਂਦਿਆਂ ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ
ਅਗਾਹਾਂ ਤੋਂ ਸਮਾਤ ਬਖਸ਼ਿਸ਼ ਕਰਨੀ ਆਈ ਹੋਈ ਸਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਗੁਰਬਾਣੀ ਕੀਰਤਨ ਕਥਾ ਦਾ ਭਾਵ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਾਰ ਘਰ ਦੇ ਪ੍ਰੀਤਵਾਨ ਕਾਕਾ ਭਗੀਰਥ ਸਿੰਘ ਪੋਤਰਾ ਭਾਈ ਹਾਕਮ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਦੇਗ ਵਾਸਤੇ ਮਾਇਆ ਕਰਕੇ ਸੇਵਾ ਕੀਤੀ। ਭਾਈ ਮਨਜੀਤ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਦੇਗ ਵਾਸਤੇ ਮਾਇਆ ਕਰਕੇ ਸੇਵਾ ਹੋਈ। ਭਾਈ ਹਰਪ੍ਰੀਤ ਸਿੰਘ ਗਿੱਲ ਸਪੁੱਤਰ ਸਵਰਗਵਾਸੀ ਭਾਈ ਬਲਵੰਤ ਸਿੰਘ ਗਿੱਲ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਨਵੀਂ ਕੋਠੀ ਬਣਾਉਣ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵਾਇਆ, ਸੰਗਤਾਂ ਵਾਸਤੇ ਛੋਲੇ ਪੂੜੀਆਂ ਦੇ ਲੰਗਰ ਤਿਆਰ ਕਰਵਾਏ, ਗੁਰੂ ਘਰ ਵਾਸਤੇ ਕਾਰ ਸੇਵਾ ਲਈ ਮਾਇਆ ਕਰਕੇ ਸੇਵਾ ਕੀਤੀ। ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਥਾਂਈਂ ਪਾਉਣੀਆਂ, ਦਰੋਂ ਘਰੋਂ ਗੁਰਸਿੱਖੀ ਨਾਮ ਦਾਨ ਸਿਦਕ ਭਰੋਸੇ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ, ਨਗਰ 'ਤੇ ਮਿਹਰ ਭਰਿਆ ਹੱਥ ਰੱਖਣਾ, ਖਾਲਸਾ ਪੰਥਰੀ ਚੜ੍ਹਦੀ ਕਲਾ ਕਰਨੀ, ਚੜ੍ਹਦੀ ਕਲਾ ਦੇ ਅਨੁਸਾਰ ਗੁਰਸਿੱਖੀ ਦੇ ਪ੍ਰਚਾਰ ਕਰਾਉਣੇ, ਸਜੇ ਹੋਏ ਦੀਵਾਨ ਦੇ ਭੋਗ ਨੂੰ ਮੁੱਖ ਰੱਖਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਪ ਜੀ ਦੀ ਹਜ਼ੂਰੀ ਵਿਖੇ ਸਜਾਈ, ਦੇਗ ਤਿਆਰ ਕਰਦਿਆਂ ਬਾਣੀ ਪੜ੍ਹਦਿਆਂ ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ, ਐਸ ਵਕਤ ਕਰੋ ਕਿਰਪਾ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰਦਾਏ, ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ੋ ਅਤੇ ਹੁਕਮਨਾਮੇ ਅਨੁਸਾਰ ਚੱਲਣ ਦੀ ਸੋਝੀ ਬਖਸ਼ੋ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾਂ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵ ਦੇ, ਜੋ ਸ਼ਰਧਾ ਕਰ ਸੇਵ ਦੇ, ਬੋਲੇ ਸੁਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵੈ ਰਹਿ ਲਿਵ ਲਾਏ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵੈ ਰਹਿ ਲਿਵ ਲਾਏ, ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਗੁਰ ਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ ਫਿਰ ਕਾਲ ਨ ਖਾਏ, ਰਹਾਉ ਸੱਚ ਸਿਮਰਿਐ ਹੋਵੈ ਪਰਗਾਸ, ਤਾਂ ਤੇ ਬਿਖਿਆ ਮਹਿ ਰਹਿ ਉਦਾਸ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਭਾਵੈ ਸੋ ਪਰਵਾਨ, ਸੋ ਸੇਵਕ ਦਰਗਹਿ ਪਾਵੈ ਮਾਨ, ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ,
ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉਂ ਧਰੇ ਪਿਆਰ ਤਾਕੂ ਪਾਵੈ ਮੁਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉਂ ਧਰੇ ਪਿਆਰ ਤਾਕੂ ਪਾਵੈ ਮੁਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਧਰਤਾ ਦੇ ਯੋਗ ਹੋ, ਵੱਡੇ ਭਾਗਾਂ ਵਾਲੇ ਹੋ, ਜੋ ਕਿ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਅੰਦਰ ਹਾਜ਼ਰੀ ਭਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਗੁਰਬਾਣੀ ਕੀਰਤਨ ਕਥਾ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਦੇ ਤਾਈਂ ਸਫਲ ਬਣਾ ਰਹੇ ਹੋ। ਸੋ ਸਤਸੰਗਤ ਜੀ, ਜਿਨ੍ਹਾਂ ਸੰਗਤਾਂ ਵੱਲੋਂ ਵਿਸ਼ੇਸ਼ ਕਰਕੇ ਗੁਰੂ ਘਰ ਵਾਸਤੇ ਸੇਵਾਵਾਂ ਹੋਈਆਂ ਨੇ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਕਾਕਾ ਭਗੀਰਥ ਸਿੰਘ, ਪੋਤਰਾ ਭਾਈ ਹਾਕਮ ਸਿੰਘ, ਇਹਨਾਂ ਦੇ ਪਰਿਵਾਰ ਵੱਲੋਂ ਦੇਗ ਵਾਸਤੇ 1100 ਰੁਪਏ ਕਰਕੇ ਸੇਵਾ ਹੋਈ ਹੈ। ਸੋ ਕੋਈ ਵੀ ਪਰਿਵਾਰਕ ਮੈਂਬਰ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿਖੇ ਪਹੁੰਚ ਕਰਕੇ ਗੁਰੂ ਘਰ ਵੱਲੋਂ ਸਰੋਪੇ ਦੀ ਦਾਤ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸੋ ਇਸੇ ਤਰ੍ਹਾਂ ਭਾਈ ਹਰਪ੍ਰੀਤ ਸਿੰਘ ਗਿੱਲ, ਸਪੁੱਤਰ ਸਵਰਗਵਾਸੀ ਭਾਈ ਬਲਵੰਤ ਸਿੰਘ ਗਿੱਲ, ਇਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਵਾਇਆ ਗਿਆ। ਸੰਗਤਾਂ ਵਾਸਤੇ ਛੋਲੇ ਪੂੜੀਆਂ ਦੇ ਲੰਗਰ ਤਿਆਰ ਕਰਵਾਏ। ਗੁਰੂ ਘਰ ਵਾਸਤੇ ਕਾਰ ਸੇਵਾ ਲਈ 1100 ਰੁਪਏ ਕਰਕੇ ਸੇਵਾ ਕੀਤੀ ਹੈ। ਸੋ ਕੋਈ ਵੀ ਪਰਿਵਾਰਕ ਮੈਂਬਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਪਹੁੰਚ ਕਰਕੇ ਗੁਰੂ ਘਰ ਵੱਲੋਂ ਸਰੋਪੇ ਦੀ ਦਾਤ ਪ੍ਰਾਪਤ ਕਰੇ। ਬੋਲੇ ਸੋ ਨਿਹਾਲ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ, ਹਮਰੀ ਕਰੋ ਹੱਥ ਦੈ ਰਸ਼ਾ, ਚਰਨਨ ਮਨ ਰਹੇ ਹਮਾਰਾ, ਹਮਰੇ ਦੁਸ਼ਟ ਸਭਾ ਤੁਮ ਕਾਬਹੋ, ਸੁਖੀ ਬਸੈ ਮੋਰੋ ਪਰਵਾਰਾ, ਮੋਰ ਰਸ਼ਾ ਨਿਜ ਕਰ ਦੈ ਕਰੀਐ, ਪੂਰਨ ਹੋਏ ਹਮਾਰੀ ਆਸਾ, ਛਾੜ ਕੋਈ ਅਵਰ ਨਾ ਧਿਆਉ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਆਪ ਹੱਥ ਦੈ ਮੁਜਬ ਬਰੀਐ, ਜੋ ਸਦਾ ਹਮਾਰੇ ਪਛਾ, ਰੱਖ ਲਿਓ ਮੋਹਿ ਰਾਖਨ ਹਾਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਜਮਨ ਕਾਲ ਜੋਗੀ ਸ਼ਿਵ ਕੀਓ, ਜਮਨ ਕਾਲ ਸਭ ਲੋਕ ਸਵਾਰਾ, ਜਮਨ ਕਾਲ ਸਭ ਜਗਤ ਬਨਾਇਆ, ਆਦਿ ਅੰਤ ਏਕਾ ਅਵਤਾਰਾ, ਨਮਸਕਾਰ ਤਿਸਹੀ ਕੁ ਹਮਾਰੀ, ਸੇਵਕਨ ਕੋ ਸਭ ਗੁਣ ਸੁਖ ਦਿਓ, ਘਟ ਘਟ ਕੇ ਅੰਤਰ ਕੀ ਜਾਣਤ, ਕੀਤੇ ਤੇ ਕੁੰਚਰੇ ਅਸਥੂਲਾ, ਸੰਤਨ ਦੁਖ ਪਾਏ ਤੇ ਦੁਖੀ, ਏਕ ਏਕ ਕੀ ਪੀਰ ਪਛਾਨੈ, ਜਬ ਯੁਧ ਕਰਖ ਕਰਾ ਕਰਤਾਰਾ,
ਆਵਿਆ ਕਰਖ ਕਰਤ ਹੋ ਕਮ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਤੂੰ ਸਭ ਹੀ ਤੇ ਰਹਿਤ ਨਿਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਤਾਕਾ ਮੂੜ ਉਚਾਰਤ ਭੇਦਾ ਤਾਕਾ ਕਰ ਪਾਹਨ ਅਨੁਮਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਆਪ ਆਪਣੀ ਬੁੱਧ ਹੈ ਜੇਤੀ ਤੁਮਰਾ ਲਖਾ ਨ ਜਾਏ ਪਸਾਰਾ ਏਕੈ ਰੂਪ ਅਨੂਪ ਸਰੂਪਾ ਅੰਗਜ ਜੇ ਰਜ ਸੇਤ ਜਕੀਨੇ ਕਹੂੰ ਫੂਲ ਰਾਜਾ ਵੈ ਬੈਠਾ ਸਿਗਲੇ ਸ੍ਰਿਸ਼ਟ ਦਿਖਾਇਆ ਚੰਪਵ ਰਸ਼ਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਅਸਤੁਜ ਤਵ ਸ਼ਰਨੀ ਪਰੇ ਪੁਰਖ ਜਮਨ ਪਗ ਪਰੇ ਤਿਹਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਰਸ਼ਾ ਹੋਏ ਤਾਂ ਹੀ ਸਭ ਕਲ ਕਿਰਪਾ ਦ੍ਰਿਸ਼ਟ ਤਨ ਜਾਹ ਨਿਹਰਿ ਹੋ ਰਿਦ ਸਿਧ ਕਰਮੋ ਸਭ ਹੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਸਰਬ ਠੌਰ ਮੋਹ ਸਹਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਕਿਲਬਕ ਸਕਲ ਦੇਹ ਕੋ ਹਰਤਾ ਸ੍ਰੀ ਅਸਤੁਜਾ ਭਏ ਦਇਆਲਾ ਮਨ ਬਾਂਸ ਫਲ ਪਾਵੈ ਸੋਈ ਅੜਿਲ ਸੁਨੈ ਗੁੰਗ ਜੋ ਆਹੇ ਸੁਰਸਨਾ ਪਾਵਈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰ ਕੇ ਰਹੈ ਚੌਪਈ ਸੰਬਦ ਸਤਰਹ ਸਹਿਸ ਪਨਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਵਈਆ ਪਾਏ ਗਹੇ ਜਪ ਤੇ ਤੁਮਰੇ ਰਾਮ ਰਹੀਮ ਪੁਰਾਨ ਕੁਰਾਨ ਸਿਮਰ ਸ਼ਾਸਤਰ ਵੇਦ ਸਭੈ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਦੋਹਰਾ ਸਗਲ ਦੁਆਰ ਕਉ ਛਾੜ ਕੈ ਬਾਹੇ ਗਹੇ ਕੀ ਲਾਜ ਅਸ ਸਗਲ ਦੁਆਰ ਕਉ ਛਾੜ ਕੈ ਬਾਹੇ ਗਹੇ ਕੀ ਲਾਜ ਅਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।